वाले थोड़ा खोल के आ जाओ। सब तो पहला
ਮਾਖਾ ਦਰਬਾਰ ਚ ਆਏ ਹੋਏ ਸਾਰੇ ਵੱਡਿਆਂ ਛੋਟਿਆਂ ਨੂੰ, ਮਾਵਾਂ ਭੈਣਾਂ ਨੂੰ, ਸਾਧਾਂ ਸੰਤਾਂ ਨੂੰ, ਮਹੰਤਾਂ ਨੂੰ, ਆਪਣੀ ਤਰਫੋਂ ਜੰਮੂ ਕਸ਼ਮੀਰ ਦੀ ਤਰਫੋਂ ਸਲਾਮ ਅਲੈਕਮ, ਪ੍ਰਣਾਮ, ਸਤਿ ਸ਼੍ਰੀ ਅਕਾਲ ਕਹਿਣਾ, ਜੋੜਦਾ ਤਾੜੀਆਂ ਮਾਰ ਕੇ ਫਕਰਾਂ ਦਾ ਇੱਕ ਵਾਰੀ ਸਵਾਗਤ ਕਰ ਦੋ। ਕਿਆ ਬਾਤ! ਉਹ ਕਹਿੰਦੇ ਨਾ ਨਲਾਇਕ ਪੁੱਤ ਦਾ ਬਸਤਾ ਜਿਹੜਾ ਭਾਰਾ ਹੁੰਦਾ ਹੈ, ਇਸ ਤਰ੍ਹਾਂ ਬਸਤਾ ਸਾਡੇ ਵੀ ਥੋੜ੍ਹਾ ਜਿਹਾ ਭਾਰਾ ਹੈ। ਕੋਈ ਗਸਾਕੀ ਹੋ ਜਾ ਤਾਂ ਨਿੱਕਾ ਸਮਝ ਕੇ ਮਾਫ਼ ਕਰੀਓ। ਤਾਂ ਸ਼ੁਰੂ ਕਰੀਏ ਫਿਰ ਆਪਾਂ। ਨਾ ਮੇਰਾ ਨਾ ਤੇਰਾ ਮੇਲਾ, ਮੇਲਾ ਸਾਰੀ ਦੁਨੀਆ ਦਾ। ਅਸੀਂ ਕਹਿੰਦੇ ਮੇਲਾ, ਨਾ ਮੇਰਾ ਮੇਲਾ ਨਾ ਤੁਹਾਡਾ ਮੇਲਾ, ਮੇਲਾ ਕਿਹਨਾਂ ਦਾ? ਤਾੜੀ ਮਾਰੋ ਫਿਰ ਦੱਸਾਂ ਇੱਕ ਵਾਰੀ ਖੁੱਲ ਕੇ। ਨਾ ਮੇਰਾ ਨਾ ਤੇਰਾ ਮੇਲਾ, ਮੇਲਾ ਸਾਰੀ ਦੁਨੀਆ ਦਾ। ਇਹ ਮੇਲਾ ਸਾਧਾ ਮਹੰਤਾਂ ਦਾ, ਫਕਰਾਂ ਦਾ, ਇਹ ਮੇਲਾ ਪੀਰ ਫਕੀਰਾਂ ਦਾ, ਇਹ ਮੇਲਾ ਰਿਸ਼ੀਆਂ ਮੁਨੀਆਂ ਦਾ। ਇੱਕ ਹੱਥ ਨਾਲ ਗੋਲੀ ਫੜੀ, ਦੂਜੇ ਹੱਥ ਨਾਲ ਪੈਸੇ ਦੇ ਰਿਹਾ ਆਪਾਂ। ਗੋਲੀ ਟੱਬ ਚ ਪਾ ਲਾ ਦੋ ਮਿੰਟ। ਹੁਣ ਦੇ ਭਰਾ, ਹੁਣ ਲੈ ਲੈ, ਤਾੜੀ ਮਾਰ ਕੇ ਬੱਚਲੀ ਇੱਕ ਵਾਰੀ। ਆਹ ਬਹਿ ਕੇ ਵੇਖ ਜਵਾਨਾਂ ਨੀ ਬਾਬੇ ਭੰਗੜਾ ਪਾਉਂਦੇ ਨੇ। ਜਿਵੇਂ ਮਾਨ ਲੈ ਡਫਲੀ ਬਜਾਈ, ਬਾਬਾ ਮਹਿੰਦਰ ਸ਼ਾਹ ਜੀ ਦਰਬਾਰ, ਜਿੱਥੋਂ ਇਸ ਇੱਕ ਬੀ ਲੱਗਿਆ ਸੀ ਯਾਸਰ ਹੁਸੈਨ ਤੇ, ਅੱਜ ਤੁਸੀਂ ਸਾਰੇ ਜਾਣਦੇ ਹੋ। ਜ਼ੋਰਦਾਰ ਤਾੜੀਆਂ ਮਾਰ ਕੇ ਮੇਰੀ ਸਰਕਾਰ ਲਈ। ਸਾਈਂ ਬਿੱਲੇ ਸ਼ਾਹ ਜੀ ਬੈਠੇ ਨੇ ਪਾਕਿ ਸ਼ਾਹ ਦਰਬਾਰ ਤੋਂ, ਬੜੇ ਹੀ ਅਜੀਜ਼ ਫਕੀਰ ਮਹੰਤ ਬੈਠੇ ਨੇ। ਜ਼ੋਰਦਾਰ ਤਾੜੀਆਂ ਇੱਕ ਵਾਰੀ ਇਹਨਾਂ ਲਈ ਮਾਰ ਕੇ ਜਾਦੀਆਂ ਨੇ, ਕਿਉਂਕਿ ਜਿਹੜਾ ਆਸ਼ਕ ਹੁੰਦਾ, ਆਸ਼ਕ ਦਾ ਕੰਮ ਹੀ ਤਾੜੀ ਮਾਰਨਾ। ਜਿਹੜਾ ਸੱਚਾ ਆਸ਼ਕ ਹੈ, ਵਾਹ ਵਾਹ ਸਾਈਆਂ ਜੈ ਜੈ ਸਾਈਆਂ, ਅਰਸ਼ ਫਰਸ਼ ਤੋਂ ਹੂਰਾਂ ਆਈਆਂ, ਪੀਰ ਮੇਰੇ ਨੂੰ ਦੇਣ ਵਧਾਈਆਂ। ਖੋਲ ਕੇ ਤੁਸੀਂ ਤਾਰੇ ਤਾੜੀ ਮਾਰੋ ਇੱਕ ਵਾਰੀ, ਤੁਹਾਡੇ ਤੇ ਗੱਲ ਆਏਗੀ। ਉਹ ਪੀਰ ਮੇਰੇ ਨੂੰ ਦੇਣ ਵਧਾਈਆਂ, ਆਸ਼ਕ ਮਾਰਨ ਤਾੜੀ। ਆਸ਼ਕ ਮਾਰਨ ਤਾਲੀ ਮਹਿਫਲ ਮਸਤਾ ਦੀ, ਜੇ ਮਹਿਫਲ ਮਸਤਾ ਦੀ, ਜੇ ਮਹਿਫਲ ਮਸਤਾ ਦੀ, ਮਹਿਫਲ ਮਸਤਾ ਦੀ, ਵੀਰੇ ਪਿੱਛੇ ਲੱਗ ਰਾਮ ਨਾਲ ਬੇਚੋ, ਜੇ ਮਹਿਫਲ ਮਸਤਾ ਦੀ, ਵਿੱਚ ਨੱਚਦੀ ਫਿਰੇ ਕਵਾਲੀ ਮਹਿਫਲ ਮਸਤਾ ਦੀ, ਨੱਚਦੀ ਫਿਰੇ ਕਵਾਲੀ ਮਹਿਫਲ ਮਸਤਾ ਦੀ, ਨੱਚਦੀ ਫਿਰੇ ਕਵਾਲੀ ਮਹਿਫਲ ਮਸਤਾ ਦੀ, ਵਿੱਚ ਨੱਚਦੀ ਫਿਰੇ ਕਵਾਲੀ ਮਹਿਫਲ ਮਸਤਾ ਦੀ, ਮਹਿਫਲ ਮਹਿਫਲ ਉਹ ਮਹਿਫਲ ਮਹੰਤਾ ਦੀ। ਤਾੜੀਆਂ ਮਾਰ ਕੇ ਇੱਕ ਵਾਰੀ। ਤੇਰੇ ਵਿੱਚੋਂ ਆਪਣੀ ਸੂਰਤ ਵੇਖੀ ਸੀ ਦਿਲਦਾਰਾ, ਤੇਰੇ ਵਿੱਚ
ਜੋ ਆਪਣੀ ਸੂਰਤ ਵੇਖੀ ਸੀ ਦਿਲਦਾਰਾ, ਪਹਿਲੀ ਨਜ਼ਰੇ ਤਿੜਕ ਗਿਆ ਹੈ ਸ਼ੀਸ਼ੇ ਵਰਗਿਆ ਯਾਰਾ, ਸ਼ੀਸ਼ੇ ਵਰਗਿਆ ਯਾਰਾ, ਸ਼ੀਸ਼ੇ ਵਰਗਿਆ ਯਾਰਾ, ਪਹਿਲੀ ਨਜ਼ਰੇ ਤਿੜਕ ਗਿਆ ਹੈ ਸ਼ੀਸ਼ੇ ਵਰਗਿਆ ਯਾਰਾ, ਸ਼ੀਸ਼ੇ ਵਰਗਿਆ ਯਾਰਾ। ਬਸ ਆਹ ਜਿਹੜਾ ਜਿਲੇ ਕਰਕੇ ਤੀ ਕਮਾਊਂਗਾ ਬੰਦ, ਠੀਕ ਹੈ ਜੀ। ਹਾਂ ਕਿਆ ਬਾਤ, ਤਾੜੀਆਂ ਮਾਰ ਕੇ ਕੋਈ ਸਾਜੀਆਂ ਲਈ, ਕਿਉਂਕਿ ਮੇਰੇ ਜੇ ਬੇਗੈਰਤ ਨੂੰ ਅਗਰ ਗਵਾਉਣਾ ਹੋਏ ਤਾਂ ਬੜਾ ਔਖਾ ਹੁੰਦਾ। ਅਸੀਂ ਨਿੱਤ ਵੇਲੇ ਦੇ ਵੇਲੇ ਸੱਜਣਾ ਤੇਰੇ ਲਈ, ਜਿਹੜੇ ਆਸ਼ਕ ਹੁੰਦੇ ਨੇ ਸੱਜੇ, ਇਹਨਾਂ ਨੇ ਬੜੇ ਪਾਪੜ ਵੇਲੇ ਨੇ ਜਿਹੜੇ ਅੱਜ ਇੱਥੇ ਬੈਠਣੇ, ਇਹ ਗੱਦੀਆਂ ਤੇ ਜਿਹੜੇ ਬੈਠਣੇ, ਇਹਨਾਂ ਨੇ ਪਤਾ ਨੀ ਕਿੰਨੇ ਕੁ ਰਾਤਾਂ ਨੂੰ ਜਾਗ ਜਾ ਕੇ ਪਾਪੜ ਵੇਲੇ ਤਾਂ ਅੱਜ ਇਹ ਗੱਦੀਆਂ ਇਹਨਾਂ ਨੂੰ ਨਸੀਬ ਹੋਈਆਂ। ਕਹਿੰਦਾ ਤੇਰੇ ਵਿੱਚੋਂ ਆਪਣੀ ਸੂਰਤ ਵੇਖੀ ਸੀ ਦਿਲਦਾਰਾ, ਉਹ ਪਹਿਲੀ ਨਜ਼ਰੇ ਤਿੜਕ ਗਈਆਂ ਹੈ ਸ਼ੀਸ਼ੇ ਵਰਗਿਆ ਯਾਰਾ। ਮਾਈ ਜੀ ਕੋਈ ਐਨਕ ਪਾਈ ਹੋਈ ਹੈ ਬੇਬੇ ਜੀ, ਤਾੜੀਆਂ ਮਾਰ ਕੇ ਬੇਬੇ ਜੀ ਨੇ, ਕੋਈ ਐਨਕ ਪਾਈ ਹੋਈ ਹੈ, ਪਸੀਨਾ ਵੀ ਆ ਗਿਆ, ਕੋਈ ਐਨਕ ਪਾਈ ਹੋਈ ਹੈ, ਅਦੋਂ ਦੀ ਨੀਂਦਰ ਨਹੀਂ ਆਉਂਦੀ ਹੀ ਯਾਰੀ ਜਦੋਂ ਦੀ ਮੈਂ ਲਾਈ ਹੋਈ ਹੈ, ਤੇਰੇ ਵਿੱਚੋਂ ਆਪਣੀ ਸੂਰਤ ਵੇਖੀ ਸੀ ਦਿਲਦਾਰ, ਉਹ ਪਹਿਲੀ ਨਜ਼ਰੇ ਤਿੜਕ ਗਿਆ ਹੈ ਸ਼ੀਸ਼ੇ ਵਰਗਿਆ ਯਾਰਾ। ਅਸੀਂ ਬੜੇ ਪਾਪੜ ਵੇਲੇ ਉਹ ਸੱਜਣਾ ਤੇਰੇ ਲਈ, ਕੀ ਨੀ ਉਹ ਪਾਪੜ ਵੇਲੇ ਵੇ ਸੱਜਣਾ ਤੇਰੇ ਲਈ, ਇਹ ਮੇਲੇ ਨੇ ਪਾਗਾਂ ਵਾਲੇ ਬਾਰ ਬਾਰ ਨਹੀਂ ਆਉਂਦੇ, ਬਾਰ ਬਾਰ ਨਹੀਂ ਆਉਂਦੇ, ਬਾਰ ਬਾਰ ਨਹੀਂ ਆਉਂਦੇ, ਇਹ ਮੇਲੇ ਨੇ ਪਾਗਾਂ ਵਾਲੇ ਬਾਰ ਬਾਰ ਨਹੀਂ ਆਉਂਦੇ, ਬਾਰ ਬਾਰ ਨਹੀਂ ਆਉਂਦੇ, ਬਾਰ ਬਾਰ ਨਹੀਂ ਆਉਂਦੇ। ਇੱਕ ਸੇਵਾ ਤੋਂ ਲੈਂਦੇ ਮੇਵਾ ਇੱਕ ਫਿਰ ਦੇ ਪਛਤਾਉਂਦੇ, ਇੱਕ ਫਿਰ ਦੇ ਪਛਤਾਉਂਦੇ, ਇੱਕ ਫਿਰ ਦੇ ਪਛਤਾਉਂਦੇ, ਫਿਰ ਦੇ ਪਛਤਾਉਂਦੇ। ਆ ਚਿਮਟੇ ਨਾਲ ਤਾਂ ਫੜਾਉਂਦੇ ਨੇ ਕਿਉਂਕਿ ਅੱਗ ਤੋਂ ਕੱਢੇ ਨੇ, ਤੱਤੇ ਨਾਲ ਨੋਟ ਗਰਮ ਨਾਲ ਨੋਟ ਓ ਚੋਰਾਂ ਨੂੰ ਵੀ ਕੁਤਬ ਬਣਾ ਦੇ, ਚੋਰਾਂ ਨੂੰ ਵੀ ਕੁਤਬ ਬਣਾ ਦੇ, ਲਾ ਕੇ ਮੋਰ ਜਲਾਲੀ ਮਹਿਫਲ ਮਹਿਫਲ ਨੱਚਦੀ ਫਿਰੇ ਕਬਾਤੀ, ਮਹਿਫਲ ਮਸਤਾਨੀ ਨੱਚਦੀ ਫਿਰੇ ਕਬਾਤੀ, ਮਹਿਫਲ ਮਸਤਾਨੀ ਨੱਚਦੀ ਫਿਰੇ ਕਬਾਤੀ, ਮਹਿਫਲ ਮਸਤਾਨੀ।
ਵਾਲੇ ਬਾਰ ਬਾਰ ਨਹੀਂ ਆਉਂਦੇ ਇਹ ਮੇਲੇ ਨੇ ਪਾਕਾਂ ਵਾਲੇ ਬਾਰ ਬਾਰ ਨਹੀਂ ਆਉਂਦੇ ਤਾੜੀਆਂ ਮਾਰ ਕੇ ਇੱਕ ਵਾਰੀ ਮਹੰਤ ਜ਼ੋਰਦਾਰ ਤਾੜੀ ਫਕਰਾਂ ਲਈ ਇੱਕ ਵਾਰੀ ਹੋਣੀ ਚਾਹੀਦੀ ਹੱਥ ਚੁੱਕੇ ਇਹ ਮੇਲੇ ਨੇ ਪਾਕਾਂ ਵਾਲੇ ਬਾਰ ਬਾਰ ਨਹੀਂ ਆਉਂਦੇ ਸੇਵਾ ਤੋਂ ਲੈਂਦੇ ਮੇਵਾ ਇੱਕ ਫਿਰਨ ਪਛਤਾਉਂਦੇ ਫਿਰਨ ਪਛਤਾਉਂਦੇ ਫਿਰਨ ਪਛਤਾਉਂਦੇ ਜੀਵਨ ਪਛਤਾਉਂਦੇ ਸਾਧ ਵੀ ਮੇਰੇ ਚੋਰ ਵੀ ਮੇਰੇ ਸਾਧ ਵੀ ਮੇਰੇ ਚੋਰ ਵੀ ਮੇਰੇ ਸਾਈ ਮੇਰੇ ਫਰਮਾਉਂਦੇ ਉਹ ਮਹਿਫਲ 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 ਮਸਤਾਂ ਦੀ ਵਿੱਚ ਨੱਚਦੀ ਫਿਰੇ ਕਵਾਲੀ ਮਹਿਫਲ ਮਸਤਾਂ ਦੀ 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 ਸਾਈਆਂ ਦੇ ਦਰ ਤੋਂ ਮਿਲਦੇ ਨਾ ਖੁੱਲਬ ਖੁੱਲੇ ਦੱਸੇ ਸਾਈਆਂ ਦੇ ਦਰ ਤੋਂ ਮਿਲਦੇ ਨਾ ਖੁੱਲਬ ਖੁੱਲੇ ਦੱਸੇ ਸਾਈਆਂ ਦੇ ਦਰ ਤੋਂ ਮਿਲਦੇ ਨਾ ਖੁੱਲਬ ਖੁੱਲੇ ਦੱਸੇ ਬਾਬੇ ਦੇ ਨੇ ਰੌਣਕਾਂ ਪੂਰੀਆਂ ਆ ਰੌਣਕਾਂ ਆਪਣੇ ਨਾਂ ਦੀਆਂ ਤਾੜੀਆਂ ਮਾਰੋ ਇੱਕ ਵਾਰੀ ਮੇਲੇ ਵਿੱਚ ਬਾਬੇ ਦੇ ਨੇ ਰੌਣਕਾਂ ਪੂਰੀਆਂ ਜੀਵੇ ਤੇਰੇ ਨਾਮ ਦੀਆਂ ਕੱਤ ਲਈਆਂ ਪੂਣੀਆਂ ਉਹ ਪੀਰਾ ਸੰਗਤ ਤੇਰੀ ਜੈਕਾਰੇ ਬੋਲਦੀ ਹੋਏ ਜੈਕਾਰਾ ਸਾਹਿਬ ਮਹਿੰਦਰ ਸ਼ਾਹ ਜੀ ਦਾ ਤਾੜੀ ਮਾਰ ਕੇ ਇੱਕ ਵਾਰੀ ਪੀਰਾ ਸੰਗਤ ਤੇਰੀ ਜੈਕਾਰੇ ਬੋਲਦੀ ਮਹਿੰਦਰ ਸ਼ਾਹ ਤੇਰੀ ਗੱਦੀ ਤੇ ਫਕੀਰੀ ਬੋਲਦੀ ਭੁੱਲਾ ਭੁੱਲਾ ਸੀ ਨਚਾਵੇ ਯਾਰ ਤਾਂ ਨੱਚਣਾ ਪੈਂਦਾ ਨਾ ਨੱਚਣਾ ਬੁੱਲੇ ਦਾ ਪੇਸ਼ਾ ਸੀ ਨਾ ਨੱਚਣਾ ਬੁੱਲੇ ਦਾ ਪੇਸ਼ਾ ਸੀ ਉਹਨੂੰ ਭੈੜਾ ਇਸ਼ਕ ਨਚਾ ਬੈਠਾ ਉਹ ਯਾਰ ਦੇ ਬੇੜੇ ਨੱਚਣ ਲਈ ਕੰਜਰੀ ਦਾ ਭੇਸ ਬਣਾ ਬੈਠਾ ਰਹੀ ਨਾ ਗੱਲ ਉਹਦੇ ਵਸ ਦੀ ਰਹੀ ਨਾ ਗੱਲ ਉਹਦੇ ਵਸ ਦੀ ਪਰਿਵਾਰ ਉਹਨੂੰ ਸਮਝਾਵੇ ਉਹ ਤੂੰ ਮੁੜਿਆ ਬੁੱਲਿਆ ਕਿਉਂ ਰਾਹ ਇਸ਼ਕੇ ਦੇ ਜਾਵੇਂ ਰਾ ਇਸ਼ਕੇ ਦੇ ਤੁਰਿਆ ਜੋ ਸ਼ਰੇ ਆਮ ਹੀ ਪੰਡਿਆ ਜਾਵੇ ਉਹ ਤੂੰ ਮੁੜਿਆ ਜਿੰਦੜੀਏ ਕਿਉਂ ਰਾ ਇਸ਼ਕੇ ਦੇ ਜਾਵੇ ਤਾੜੀ ਮਾਰ ਕੇ ਇੱਕ ਵਾਰੀ ਫਕਰ ਵਰਿੰਦਾਵਨ ਵਿੱਚ ਮੀਰਾ ਆਇਆ ਜੋ ਮੁਰਲੀ ਵਾਲੇ ਨੂੰ ਧਿਆਵੇ ਉਹ ਛੱਟ ਕੇ ਉੱਚੇ ਮਹਿਲ ਮਨਾਰੇ ਨੱਚ ਨੱਚ ਭਰਥੂ ਪਾਵੇ ਉਹ ਕਿੱਦਾਂ ਟਿਕ ਕੇ ਵਹਿ ਸਕਦਾ ਡੰਗ ਇਸ਼ਕੇ ਦਾ ਜੋ ਵੀ ਖਾਵੇ ਉਹ ਤੂੰ ਮੁੜਿਆ ਜਿੰਦੜੀਏ ਕਿਉਂ ਰਾ ਇਸ਼ਕੇ ਦੇ ਜਾਵੇ
ਰਾਹ ਇਸ਼ਕੇ ਤੇ ਤੁਰਿਆ ਜੋ ਸ਼ਰੇਆਮ ਹੀ ਭੰਡਿਆ ਜਾਵੇ ਤੇ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਬਾਬਾ ਨੱਚਣਾ ਪੈਂਦਾ। ਤਾੜੀ ਮਾਰ ਕੇ ਇੱਕ ਵਾਰੀ ਜ਼ਿਆਦਾ ਤੋਂ ਸ਼ੁਰੂ ਕਰੀਏ ਫਿਰ। ਨੱਕ ਵਿੱਚ ਨਥਲੀ ਤੇ ਕੰਨ ਵਿੱਚ ਪਾ ਲਈਆਂ ਡੰਡੀਆਂ ਹਵੇ ਨੱਕ ਵਿੱਚ ਨਥਲੀ ਤੇ ਕੰਨ ਵਿੱਚ ਪਾ ਲਈਆਂ ਡੰਡੀਆਂ ਆਵੇ ਇਸ਼ਕ ਦੇ ਖਾਤਰ ਬੁੱਲੇ ਸ਼ਾਹ ਨੇ ਇਸ਼ਕ ਦੇ ਖਾਤਰ ਬੁੱਲੇ ਸ਼ਾਹ ਨੇ ਸਾਰੇ ਜੱਗ ਦੀਆਂ ਸੈਲੀਆਂ ਭੰਡੀਆਂ ਆਵੇ ਉਹ ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਹਵੇ। ਤਾੜੀ ਮਾਰ ਕੇ ਚਾਹਵੇ ਯਾਰ ਤੇ ਨੱਚਣਾ ਪੈਂਦਾ ਹੈ ਬੁੱਲੇ ਨੂੰ ਨਚਾਹਵੇ ਯਾਰ ਤੇ ਨੱਚਣਾ ਪੈਂਦਾ ਹੈ ਸਾਹਮਣੇ ਹੋਵੇ 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 ਯਾਰ ਤੇ ਨੱਚਣਾ ਪੈਂਦਾ ਹੈ ਜਿਹੜੇ ਇੱਥੇ ਪੁਲਿਸ ਵਾਲੇ ਡਿਊਟੀ ਦੇ ਰਹੇ ਨੇ ਇਹਨਾਂ ਲਈ ਤਾੜੀਆਂ ਮਾਰ ਕੇ ਇੱਕ ਵਾਰੀ ਜੋੜਦਾ। ਕਾਲੀ ਬੱਕਰੀ ਕਸਾਈਆਂ ਦੀ ਹੋ ਕਾਲੀ ਬੱਕਰੀ ਕਸਾਈਆਂ ਦੀ ਕਿਹਨਾਂ ਦੀ ਕਾਲੀ ਬੱਕਰੀ ਕਸਾਈਆਂ ਦੀ ਕਾਲੀ ਬੱਕਰੀ ਕਸਾਈਆਂ ਦੀ ਉਹ ਸੀ ਬਲਬਲ ਦੇ ਮੋਜਾ ਮਾਣਦੇ ਉਹ ਸੀਵਲ ਬੰਦੇ ਮੈਂ ਆਪੇ ਪਹਿਲਾਂ ਫੌਜੀ ਸੀ ਇਹ ਗੱਲ ਮੇਰੇ ਤੇ ਵੀ ਢੁਕਦੀ ਹੈ ਕਿਤੇ ਡਾਂਗ ਲੈ ਕੇ ਸਿੱਧਾ ਨਾ ਹੋ ਜਾਇਓ ਕਿਤੇ ਤਾੜੀ ਮਾਰ ਕੇ ਇੱਕ ਵਾਰ ਉਹ ਕਿਉਂਕਿ ਕਹਿੰਦੇ ਨਾ ਫੌਜੀ ਫੌਜੀ ਹਰ ਕੋਈ ਕਹਿੰਦਾ ਕੀ ਫੌਜ ਦਾ ਰਹਿਣਾ ਮੈਨੂੰ ਪੁੱਛੋ ਪਿੱਛੋਂ ਲੜਦਾ ਸੱਪ ਸਲਾਈਆਂ ਵਿੱਚ ਮੋਰਚੇ ਬਹਿਣਾ ਅੱਧੀ ਰਾਤੀ ਲਾਰਨ ਦਿੰਦੇ ਅੱਧੀ ਰਾਤੀ ਲਾਰਨ ਦਿੰਦੇ ਸਾਰੇ ਦਿਨ ਸਟੈਂਡੂ ਰਹਿਣਾ ਫੇ ਮੋਜਾਂ ਸਿਵਲ ਦੀਆਂ ਮਾਫ ਕਰੇ ਕੋਈ ਗਲਤੀ ਹੋ ਗਈ ਤਾਂ ਅਸਲੀ ਗੱਲ ਆ ਲੇਕਿਨ ਵੇ ਮੋਜਾਂ ਸਿਵਲ ਦੀਆਂ ਸਾਡੇ ਵੱਡੇ ਭਾਜੀ ਦਾ ਵਿਆਹ ਹੋਇਆ ਨਵਾਂ ਉਹਨਾਂ ਲਈ ਵੀ ਤਾੜੀ ਇੱਕ ਵਾਰੀ ਮਾਰ ਕੇ ਵੇ ਮੋਜਾਂ ਸਿਵਲ ਦੀਆਂ ਕਿੱਥੇ ਕਹਿਣਾ
ਕਿਉਂ ਮੋਚਾ ਸਿਵਲ ਦੀਆਂ ਨਾਲ ਪਾਈਪ ਦੇ ਰਹਿਣਾ ਵੇ ਮੋਚਾ ਸਿਵਲ ਦੀਆਂ ਨਾਲ ਪਾਈਪ ਦੇ ਰਹਿਣਾ ਵੇ ਮੋਚਾ ਸਿਵਲ ਦੀਆਂ ਨਾਲ ਪਾਈਪ ਦੇ ਰਹਿਣਾ ਵੇ ਮੋਚਾ ਸਿਵਲ ਦੀਆਂ ਇਸ਼ਕ ਪੁੱਲੇ ਦੇ ਵੇੜੇ ਪੜਿਆ ਪਾਪੜੀ ਅੰਦਰ ਮੱਚਿਆ ਇਸ਼ਕ ਦੇ ਕੁੰਗਰੂ ਪਾ ਕੇ ਪੁੱਲਾ ਯਾਰ ਵੇੜੇ ਨੱਚਿਆ ਹੋਵੇ ਯਾਰ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਨੱਚਣਾ ਪੈਂਦਾ ਏ ਆਈ ਸਪੀਨ ਬਜਾ ਦੇ ਜੋਗੀ ਆਸਪੀਨ ਬਜਾ ਦੇ ਆਸਪੀਨ ਬਜਾ ਦੇ ਜੋਗੀ ਫਿਰ ਤੇ ਖਰਾਬ ਹੈ ਤੇਰੀ ਪੀਣ ਉੱਤੇ ਜੋਗਿਆ ਪੀਣ ਉੱਤੇ ਜੋਗਿਆ ਕਿਸੇ ਜੋਗੀ ਦਾ ਛੱਜੀ ਵੇ ਖਸਮਾ ਕਿਸੇ ਜੋਗੀ ਦਾ ਛੱਜੀ ਕਿਸੇ ਜੋਗੀ ਦਾ ਛੱਜੀ ਵੇ ਖਸਮਾ ਕਿਸੇ ਜੋਗੀ ਦਾ ਛੱਜੀ ਓ ਕਿਸੇ ਜੋਗੀ ਦਾ ਛੱਜੀ ਵੇ ਖਸਮਾ ਕਰ ਕਿਉਂ ਹੈਰਾ ਫੇਰ ਤੇਰੀ ਪੀੜ ਉੱਤੇ ਜੋਗਿਆ ਰੂਹੇ ਬੇਬੇ ਤਾੜੀ ਮਾਰੀ ਇਕੱਲੀ ਤੁਸੀਂ ਮਾਰ ਲਓ ਇਹ ਪੈਸੇ ਦੇ ਮਿੱਤਰੋ ਰੰਗ ਵੱਖਰੇ ਯਾਦ ਆਈ ਗੱਲ ਪੈਸੇ ਬਣਾਓ ਕਿਉਂ ਵੱਡਾ ਨੋਟ ਵੇਖ ਕੇ ਥੋੜੀ ਗੱਲ ਯਾਦ ਆ ਜਾਂਦੀ ਇਹ ਪੈਸੇ ਦੇ ਮਿੱਤਰੋ ਰੰਗ ਵੱਖਰੇ ਕਿਨੂੰ ਕੀ ਦੇਣ ਵਿਖਾਏ ਪੈਸਾ ਕਿਸੇ ਕੋਲ ਤਾਂ ਪੈਸੇ ਦੀ ਕਾਟ ਹੈ ਨੀ ਕਿਸੇ ਨੂੰ ਦਰ ਦਰ ਭੀਖ ਮੰਗਾਏ ਪੈਸਾ ਇਹ ਪੈਸੇ ਦੇ ਮਿੱਤਰੋ ਰੰਗ ਵੈਸੇ ਬਾਪ ਪੁੱਤਰ ਤੋਂ ਕਤਲ ਕਰਵਾਏ ਪੈਸਾ 18 ਸਾਲ ਦੀ ਅੱਲੜ ਮੁਟਿਆਰ ਸੋਹਣੀ 18 ਸਾਲ ਦੀ ਅੱਲੜ ਮੁਟਿਆਰ ਸੋਹਣੀ ਤੇ 80 ਸਾਲ ਦੇ ਬੁੱਢੇ ਨਾ ਵਿਆਏ ਪੈਸਾ
ਇਹ ਉਹ ਪੈਸਾ ਅੱਜ ਕਲ ਯੁੱਗ ਦਾ ਪੈਸਾ ਜੋੜਦਾ ਤਾੜੀਆਂ ਮਾਰ ਕੇ। ਲੇਕਿਨ ਮੈਨੂੰ ਚਾਹੀਦਾ ਹੈ, ਕਿਉਂ ਪੈਸਾ ਜਿਵੇਂ ਨੱਚਾ ਊ ਜਾਵੇ ਦੁਨੀਆ ਨੱਚੀ ਜਾਂਦੀ ਹੈ। ਆਹਾ, ਇਹ ਝੂਠ ਨੂੰ ਵੀ ਸੱਜਣਾ ਸੱਚ ਦੱਸੀ ਜਾਂਦੀ ਹੈ। ਪੈਸਾ ਜਿਵੇਂ ਨੱਚਾ ਊ ਜਾਵੇ ਦੁਨੀਆ ਨੱਚੀ ਜਾਂਦੀ ਹੈ। ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਕੀਂਦੀ ਪਾ ਸੱਜਣਾ। ਇੱਥੇ ਰੋਂਦੇ ਚਾਰੇ ਨਹੀਂ ਵਿਕਦੇ, ਇੱਥੇ ਰੋਂਦੇ ਚਾਰੇ ਨਹੀਂ ਵਿਕਦੇ। ਹੱਸਣੇ ਦੀ ਆਦਤ ਪਾ ਸੱਜਣਾ ਪਾਸ। ਤੇ ਥੋੜੇ ਕੇ 10-15 ਮਿੰਟ ਮੇਰੇ ਹੋਰ ਤਾੜੀ ਮਾਰ ਕੇ ਇੱਕ ਵਾਰੀ ਇਜਾਜ਼ਤ ਦੇ ਦਿਓ। ਹਾਂ, ਕਿਆ ਬਾਤ, ਥੋੜਾ ਟਾਈਮ ਅਸੀਂ ਥੱਲੇ ਲਾ ਲਈਏ, ਕਿਉਂਕਿ ਮੈਨੂੰ ਉੱਪਰ ਨਾਲੋਂ ਜ਼ਿਆਦਾ ਨਜ਼ਾਰਾ ਥੱਲੇ ਆ ਜਾਂਦਾ, ਕਿਉਂਕਿ ਥੱਲੇ ਪੱਖੇ ਵਧੀਆ ਲੱਗੇ ਹੁੰਦੇ ਸਾਈਆਂ ਕੋਲ। ਤਾੜੀਆਂ ਮਾਰ ਕੇ ਆਹ, ਕੋਈ ਪੱਖਾ ਹਵਾ ਦਿੰਦਾ ਇਹਦਾ ਮੂੰਹ ਚੱਕ ਲੈ ਵਧੀਆ। ਉਹ ਕੋਈ ਪੱਖਾ ਹਵਾ ਦਿੰਦਾ ਹੋਏ, ਉਹ ਨੇਕ ਨਸੀਬ ਹੋਵਣ ਤੇ ਚੰਗੇ ਸੱਜਣ ਖੁਦਾ ਦੇਣਾ। ਜਿਵੇਂ ਮਾਨ ਨੇ ਡਫਲੀ ਵਜਾਈ, ਸਾਧਾਂ ਸੰਤਾਂ ਮਹੰਤਾਂ ਦੀ ਤਾਰੀਫ ਚ ਕੁਛ ਬੋਲ ਰਿਹਾ। ਜਿਵੇਂ ਮਾਨ ਨੇ ਡਫਲੀ ਵਜਾਈ, ਜਿਵੇਂ ਮਾਨ ਨੇ, ਗੁਰਦਾਸ ਮਾਨ ਸਾਹਿਬ ਤਾੜੀਆਂ ਮਾਰ ਕੇ ਹੁਣ ਬਾਬਿਆਂ ਨੂੰ, ਉਹ ਜਿਵੇਂ ਮਾਨ ਨੇ ਡਫਲੀ ਵਜਾਈ, ਉਂਜ ਨਾ ਕੋਈ ਹੋਰ ਵਜਾ ਸਕਿਆ। ਜਿਵੇਂ ਮਹਾਨਤਾ ਗਿੜਦਾ ਪਾਇਆ, ਉਂਜ ਨਾ ਕੋਈ ਹੋਰ ਪਾ ਸਕਿਆ। ਮਹੰਤ ਨਾ ਮਸਤੀ ਦੇ ਵਿੱਚ ਰਹਿੰਦੇ, ਕਿਸੇ ਤਾਈ ਨੀ ਮਾੜਾ ਕਹਿੰਦੇ। ਉਹ ਸੱਪ ਸਾਧ ਤੋਂ ਬਚ ਕੇ ਰਹੀਏ, ਯਸਰ ਸੱਚ ਸਿਆਣੇ ਕਹਿੰਦੇ। ਜੋ ਮਹਾਨਤਾ ਖੇਡ ਰਚਾਈ ਹੋਏ, ਜੋ ਮਹਾਨਤਾ ਖੇਡ ਰਚਾਈ, ਉਹ ਨਾ ਕੋਈ ਹੋਰ ਰਚਾ ਸਕਿਆ। ਜਿਵੇਂ ਸਾਈ ਮਹਿੰਦਰ ਸ਼ਾਹ ਜੀ ਨੇ ਮੇਲਾ ਕਰਵਾਇਆ, ਉਂਝ ਨਾ ਕੋਈ ਹੋਰ ਕਰਵਾ ਸਕਿਆ। ਜਿਵੇਂ ਮਹਾਨਤਾ ਗਿੜਦਾ ਪਾਇਆ, ਉਂਝ ਨਾ ਕੋਈ ਹੋਰ ਪਾ ਸਕਿਆ। ਤਾੜੀਆਂ ਮਾਰ ਕੇ ਇੱਕ ਵਾਰੀ ਬੋਲ ਇਹਨਾਂ ਦੇ। ਆਸ਼ਿਕ ਇੱਕ ਤਰਲਾ ਕਰ ਰਿਹਾ ਰੱਬ ਨਾਲ, ਕਿਉਂਕਿ ਕਹਿੰਦਾ ਇੱਕ ਮਿਆਨ 'ਚ ਇੱਕੋ ਹੀ ਤਲਵਾਰ ਰਹਿ ਸਕਦੀ, ਇੱਕ ਦਿਲ ਦੇ ਵਿੱਚ ਇੱਕੋ ਹੀ ਯਾਰ ਰਹਿ ਸਕਦਾ, ਇੱਕੋ ਦਿਲ ਦੇ ਵਿੱਚ। ਤਾੜੀ ਮਾਰ ਕੇ ਦੱਸੋ, ਇੱਕੋ ਹੀ ਯਾਰ ਰਹਿ ਸਕਦਾ। ਤੇ ਰੱਬ ਨਾਲ ਤਰਲਾ ਕਰ ਰਿਹਾ, ਕਹਿੰਦਾ ਰੱਬਾ ਦਿਲ ਦੇ ਵਿੱਚ ਯਾਰ ਰਹਿੰਦਾ, ਤੈਨੂੰ ਨਹੀਂ ਰੱਖ ਸਕਦਾ। ਸੁਣਿਓ ਸੱਚੇ ਆਸ਼ਕ ਦੀ ਕਹਾਣੀ, ਕਿਉਂ ਪ੍ਰਥਮ ਭਗੋਤੀ ਪੂਜਾ ਮਾਂ ਦੇ ਨਾਂ ਦੀ ਹੁੰਦੀ ਹੈ, ਦੂਜੀ ਪੂਜਾ ਗੁਰੂ ਜਣਾ ਦੇ ਥਾਂ ਦੀ ਹੁੰਦੀ ਹੈ, ਫਿਰ ਤੀਜੀ ਪੂਜਾ ਉਸ ਰੱਬ ਦੇ ਨਾਂ ਦੀ ਹੁੰਦੀ ਹੈ। ਕਿਉਂ ਮਾਂ ਨੇ ਜਨਮ ਦਿੱਤਾ, ਇਸ ਦੁਨੀਆਂ ਤੇ ਲਿਆਂਦਾ, ਗੁਰੂ ਨਾਲ ਮਿਲਾਇਆ, ਫਿਰ ਗੁਰੂ ਨੇ ਦੂਜਾ ਨੰਬਰ, ਤੀਜਾ ਨੰਬਰ ਰੱਬ ਦਾ, ਤਾਂ ਗੁਰੂ ਨੇ ਰੱਬ ਦਾ ਰਾਹ ਦੱਸਿਆ। ਤਾੜੀ ਮਾਰੋ ਅਗਰ ਸਮਝ ਲੱਗੀ ਹੋਈ। ਲੇਕਿਨ ਜਦੋਂ ਇਸ ਦੁਨੀਆਂ ਦੇ ਵਿੱਚ ਆਏ, ਤੇ ਜਦੋਂ ਗਲੀਆਂ ਗਲੀਆਂ 'ਚ ਕਿਤੋਂ ਮਸੀਤ 'ਚੋਂ ਅਜਾਣ ਦੀ ਨਮਾਜ਼ ਆ ਰਹੀ ਹੈ, ਮੰਦਰ ਵਾਲੇ ਕਹਿੰਦੇ ਇੱਧਰ ਆ ਜਾ, ਗਿਰਜਾ ਵਾਲੇ ਕਹਿੰਦੇ ਇੱਧਰ ਆ ਜਾ, ਤੇ ਰੂਹ ਕੀ ਬੋਲਦੀ ਹੈ? ਪਹਿਲੀ ਗਲੀ ਵਿੱਚ ਜ਼ਾਤਾਂ ਪਾਤਾਂ, ਦੂਜੀ ਵਿੱਚ ਵਪਾਰੀ, ਤੀਜੀ ਗਲੀ ਵਿੱਚ ਚਾਕੂ ਛੁਰੀਆਂ, ਚੌਥੀ ਚੋਰ ਬਜ਼ਾਰੀ, ਪੰਜਵੀਂ ਗਲੀ ਵਿੱਚ ਪੈਣ ਪਵਾੜੇ, ਛੇਵੀਂ ਫਿਰਕੇਦਾਰੀ, ਸੱਤਵੀਂ ਗਲੀ ਵਿੱਚ ਸਿਆਸਤ ਵਸਦੀ, ਅੱਠਵੀਂ ਵਿੱਚ ਸਰਕਾਰੀ, ਨੌਵੀਂ ਜਾਵੇ ਸ਼ਮਸ਼ਾਨ ਘਾਟ ਨੂੰ, ਦਸਵੀਂ ਪੀਰਾਂ ਮਾਰੀ,
ਦਸ ਗਲੀਆਂ ਦੇ ਦਸ ਦਰਵਾਜ਼ੇ ਸਖਤੀ ਪਹਿਰੇਦਾਰੀ ਤੂੰ ਦੱਸ ਦੇ ਮੇਰਿਆ ਸੱਜਣਾ ਮੈਂ ਕਿਸ ਨਾਲ ਲਾਵਾਂ ਯਾਰੀ ਤੇ ਉਸ ਟਾਈਮ ਬੋਲਦੀ ਆ ਰੂ ਯਾਰ ਨੂੰ ਮਨਾਵਾਂ ਕਿ ਮੈਂ ਰੱਬ ਨੂੰ ਮਨਾਵਾਂ ਜੁੱਤੀ ਨਾਲ ਲੱਗੀ ਹੋਈ ਲੀਰ ਵਾਂਗੂ ਰਹਿਣਾ ਹੈ ਤਾੜੀ ਤਾੜੀ ਜੁੱਤੀ ਨਾਲ ਲੱਗੀ ਹੋਈ ਲੀਰ ਵਾਂਗੂ ਰਹਿਣਾ ਹੈ ਖੇੜਿਆਂ ਦੇ ਪਿੰਡੋਂ ਜੱਟੀ ਹੀਰ ਨੇ ਕੀ ਲੈਣਾ ਖੇੜਿਆਂ ਦੇ ਪਿੰਡੋਂ ਜੱਟੀ ਹੀਰ ਨੇ ਕੀ ਲੈਣਾ ਏ ਉਹਨੂੰ ਪੇਕੇ ਯਾਰ ਬਥੇਰੇ ਤੇ ਸੱਜਣਾ ਤੇਰੇ ਲਈ ਤੇ ਸੱਜਣਾ ਤੇਰੇ ਲਈ ਕੀ ਨੀ ਉਹ ਪਾਪੜ ਵੇਲੇ ਤੇ ਸੱਜਣਾ ਬਾਬਾ ਜੀ ਨੇ ਇੱਕ ਵਾਰ ਤਾੜੀਆਂ ਮਾਰੋ ਯਾਰ ਕਿਹੜੀ ਖੁਰਾਕ ਖਾਧੀ ਹੈ ਜੀ ਹੱਥਾਂ ਇਹ ਹੱਥਾਂ ਦੀ ਕਿਸੇ ਨੂੰ ਅਗਰ ਚੰਡ ਵੱਜ ਜਾਵੇ ਉਹਦਾ ਕੀ ਬਣਨਾ ਬਾਬਾ ਦੇਸੀ ਤੇਲ ਦਾ ਤੜਕਾ ਲੱਗਿਆ ਨੂੰ ਓਏ ਰੱਬਾ ਮੇਰੇ ਤਾੜੀਆਂ ਮਾਰ ਕੇ ਜਾ ਰਹੇ ਨਾਲ ਕਿਆ ਬਾਤ ਆ ਕਿਆ ਬਾਤ ਆ ਇਹਨੂੰ ਸੁਪਨਾ ਆਇਆ ਇਹ ਰੋਲਾ ਪਾਵੇ ਜੱਗ ਕੀ ਹੋਇਆ ਸੁੱਤੀ ਪਈ ਨੂੰ ਸੁਪਨਾ ਆਇਆ ਇਹ ਰੋਲਾ ਪਾਵੇ ਜੱਗ ਕੋਠੇ ਚੜ ਕੇ ਵੇਖਣ ਲੱਗੀ ਗਲੀ ਗਲੀ ਵਿੱਚ ਰੱਬ ਮੈਂ ਆ ਕੇ ਸਮਝਾਵਣ ਲੱਗੀ ਮੈਨੂੰ ਕਹਿੰਦੇ ਠੱਗ ਵੇ ਮੈਂ ਕਿਹਦੀ ਗੱਲ ਮੰਨਾਂ ਤੇ ਮੈਂ ਕਿਹਦੀ ਠੁਕਰਾਵਾਂ ਯਾਰ ਨੂੰ ਮਨਾਵਾਂ ਕਿ ਮੈਂ ਰੱਬ
ਸੱਚੀਆਂ ਖੂਬ ਦੁਕਾਨਾਂ ਵੇ ਗਲੀ ਗਲੀ ਵਿੱਚ ਨਾਮ ਤੇਰੇ ਦੀਆਂ ਸੱਜੀਆਂ ਖੂਬ ਦੁਕਾਨਾਂ ਵੇ ਕਈਆਂ ਦੇ ਚਿੱਟੇ ਕਈਆਂ ਦੇ ਪਗਮੇ ਵੱਖੋ ਵੱਖ ਜ਼ਬਾਨਾਂ ਵੇ ਮੂੰਹ ਵਿੱਚ ਤੇਰਾ ਨਾਂ ਤੇ ਪਗੜ ਦੇ ਵਿੱਚ ਛੁਰੀ ਕਰ ਪਾਨਾ ਮੂੰਹ ਵਿੱਚ ਤੇਰਾ ਨਾਂ ਤੇ ਪਗੜ ਦੇ ਵਿੱਚ ਛੁਰੀ ਕਰ ਪਾਨਾ ਵੇ ਲੰਮੀ ਸੀਟੀ ਮਾਰ ਮਿੱਤਰਾ ਇਹ ਤਾਂ ਸੌਦਾ ਸੱਜਣਾ ਰੂਹ ਦਾ ਏ ਇਹ ਤਾਂ ਸੌਦਾ ਸੱਜਣਾ ਰੂਹ ਦਾ ਏ ਨਾ ਰੋਲਾ ਮੈਂ ਤੇ ਤੂੰ ਦਾ ਏ ਫੜ ਮੁਰਸ਼ਦ ਦਾ ਪੱਲਾ ਮਹਿਲਾਂ ਨੂੰ ਨਾ ਗੋਲ ਦੇ ਫੜ ਮੁਰਸ਼ਦ ਦਾ ਪੱਲਾ ਮਹਿਲਾਂ ਨੂੰ ਨਾ ਗੋਲ ਦੇ ਹੁੰਦੀ ਫਕਰਾਂ ਦੀ ਅੱਲਾ ਨਾਲ ਯਾਰੀ ਤੇ ਲੋਕਾਂ ਨਾਲ ਘੱਟ ਬੋਲਦੇ ਲੋਕ ਕਹਿੰਦੇ ਖਰੇ ਆਪਣੀ ਆਕੜ ਤੇ ਰਹਿੰਦੇ ਨੇ ਲੇਕਿਨ ਇਹਨਾਂ ਦੀ ਯਾਰੀ ਕਿਹਦੇ ਨਾਲ ਹੈ ਹੁੰਦੀ ਫਕਰਾਂ ਦੀ ਅੱਲਾ ਨਾਲ ਯਾਰੀ ਤੇ ਲੋਕਾਂ ਨਾਲ ਘੱਟ ਬੋਲਦੇ ਰਮਜ ਇਹਨਾਂ ਦੀ ਸਮਝ ਨਾ ਪਾਵੇ ਦੁਨੀਆਦਾਰੀ ਸਾਰੀ ਰੱਬ ਦੀ ਨੀਓ ਕੱਟ ਸਕਦਾ ਵੇ ਇਹਨਾਂ ਦੀ ਗੁੱਡੀ ਚਾੜੀ ਰੱਬ ਦੀ ਨੀਓ ਕੱਟ ਸਕਦਾ ਵੇ ਇਹਨਾਂ ਦੀ ਗੁੱਡੀ ਚਾੜੀ ਰੱਬ ਫਕਰਾਂ ਦੀ ਸੁਣਦਾ ਬਹਿ ਕੇ ਰੱਬ ਫਕਰਾਂ ਦੀ ਸੁਣਦਾ ਬਹਿ ਕੇ ਨੇੜੇ ਕੋਲ ਵੇ ਹੁੰਦੀ ਫਕਰਾਂ ਦੀ ਅੱਲਾ ਨਾਲ ਯਾਰੀ ਤੇ ਲੋਕਾਂ ਨਾਲ ਘੱਟ ਬੋਲਦੇ ਲੋਕਾਂ ਨਾਲ ਘੱਟ ਬੋਲਦੇ ਨਾਲ ਹੀ ਗੱਲ ਕਰਦਾ ਥੋੜ੍ਹੀ ਅੱਜ ਦੇ ਜ਼ਮਾਨੇ ਦੀ ਗੱਲਾਂ ਵਿੱਚ ਗੱਲ ਦੀ ਗਾਲ ਬਣ ਜੇ ਬਿਨਾਂ ਗਾਲ ਦੇ ਪੰਗਾ ਨਹੀਂ ਹੋ ਸਕਦਾ ਸੇਕ ਦੇ ਵੇਖੇ ਨੇ ਮੈਂ ਧੁੱਪ ਗੋਰੇ ਫਿਰ ਮਸਤਾਂ ਵਾਂਗ ਕੋਈ ਨੰਗਾ ਨਹੀਂ ਹੋ ਸਕਦਾ ਜਿਹੜਾ ਕਰੇ ਬੁਰਾਈਆਂ ਹੋਰਾਂ ਦੀ ਫਿਰ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ ਹਿੰਦੂ ਮੁਸਲਮਾਨ ਸਿੱਖ ਭਾਵੇਂ ਅੱਡ ਹੋ ਜਾਣ ਤਿੰਨਾਂ ਆਵਾਜ਼ ਤਿਰੰਗਾ ਨਹੀਂ ਹੋ ਸਕਦਾ ਤਾੜੀਆਂ ਮਾਰ ਕੇ ਇੱਕ ਵਾਰੀ ਬਾਬਾ ਜੀ ਆਪਣੇ ਦੇਸ਼ ਸੁਣੋ ਸੁਣਾਵਾਂ ਸੱਜਣ ਵੇਲੀਓ ਅੱਜ ਕੱਲ੍ਹ ਦੇ ਹਾਲਾਤ ਕਿਹੜੇ ਹਾਲਾਤ ਨੇ ਸੁਣੋ ਸੁਣਾਵਾਂ ਸੱਜਣ ਵੇਲੀਓ ਅੱਜ ਕੱਲ੍ਹ ਦੇ ਹਾਲਾਤ ਆਪਣੇ ਪੇਟੋਂ ਜੰਮਣ ਵਾਲੇ ਪੁੱਛਦੇ ਨਹੀਂ ਗੱਲਬਾਤ ਕਿਹੜੇ ਹਾਲਾਤ ਨੇ ਆਪਣੇ ਪੇਟੋਂ ਜੰਮਣ ਵਾਲੇ ਪੁੱਛਦੇ ਨਹੀਂ ਗੱਲਬਾਤ ਮਾਂ ਪਿਓ ਸੁਬਾ ਸਵੇਰੇ ਸ਼ਾਮੀ ਕਰਦੇ ਪੂਜਾ ਪਾਠ ਪਰ ਅੱਜ ਕੱਲ ਮੁੰਡੇ ਕੁੜੀਆਂ ਬਸ ਕਹਿੰਦੇ ਇਹੋ ਬਾਤ ਕਿਹੜੀ ਬਾਤ ਵੇ ਬਾਕੀ ਦੀਆਂ ਗੱਲਾਂ ਛੱਡੋ ਵੇ ਆਪਣੇ ਮਾਂ ਪਿਓ ਨੂੰ ਕਹਿੰਦੇ ਪੂਜਾ ਪਾਠ ਛੱਡੋ ਉਹ ਬਾਕੀ ਦੀਆਂ ਗੱਲਾਂ ਛੱਡੋ ਭਾਈ ਦਿਲ ਸਾਫ ਹੋਣਾ ਚਾਹੀਦਾ ਹੋਣਾ ਚਾਹੀਦਾ ਬਾਕੀ ਦੀਆਂ ਗੱਲਾਂ ਛੱਡੋ ਬਾਈ ਚਲਦਾ ਬਾਕੀ ਦੀਆਂ ਗੱਲਾਂ ਛੱਡੋ ਪੀਰਾ ਮਸਤ ਫਕੀਰਾ ਪਾਵੇ ਖੈਰ ਮੰਗੇ ਤੀਨੂੰ ਫਿਰ ਪੀਰਾ ਮਸਤ ਫਕੀਰਾ ਪਾਵੇ ਖੈਰ ਮੰਗੇ ਤੀਨੂੰ
ਅੱਜ ਪੀਰਾ ਸਾਰੀ ਦੁਨੀਆ ਤਾਰੀ, ਸੁਣਿਆ ਅੱਜ ਪੀਰਾ ਸਾਰੀ ਦੁਨੀਆ ਤਾਰੀ, ਮੇਰੀ ਵੀ ਸੁਣ ਕਰ ਜੋਈ ਦੇ ਮੇਰੇ ਸੋਹਣਿਆ ਪੀਰਾ, ਮੇਰੀ ਵੀ ਸੁਣ ਕਰ ਜੋਈ ਦੇ ਮੇਰੇ ਸੋਹਣਿਆ ਪੀਰਾ, ਮੇਰੀ ਵੀ ਸੁਣ ਕਰ ਜੋਈ ਖਾ ਖਾ ਕੇ ਮੈਂ ਠੋਕਰ ਹਾਰੀ, ਖਾ ਖਾ ਕੇ ਮੈਂ ਠੋਕਰ ਹਾਰੀ, ਕਿਧਰੇ ਨੀ ਮਿਲਦੀ ਢੋਈ ਦੇ ਮੇਰੇ ਸੋਹਣਿਆ ਪੀਰਾ, ਕਿਧਰੇ ਨੀ ਮਿਲਦੀ ਢੋਈ ਦੇ ਮੇਰੇ ਸੋਹਣਿਆ ਪੀਰਾ, ਕਿਧਰੇ ਨੀ ਮਿਲਦੀ ਢੋਈ, ਉਹ ਚੰਦ ਬਲਲੀ ਆਖਣ ਸਾਰੇ, ਚੰਦ ਬਲਲੀ ਆਖਣ ਸਾਰੇ ਦਰਦਨ ਬਣਦੇ ਹੇ ਮੇਰੇ ਸੋਹਣਿਆ ਪੀਰਾ, ਸੋਹਣਾ ਮਸਤ ਪੀਰਾ ਪਾਦੇ ਖੈਰ ਮੰਗਲ ਚੀਨ, ਪੀਰਾ ਮਸਤ ਪੀਰਾ ਪਾਦੇ ਖੈਰ ਮੰਗਲ ਚੀਨ, ਉਹ ਪੀਰਾ ਮਸਤ ਪੀਰਾ ਪਾਦੇ ਖੈਰ ਮੰਗਲ ਚੀਨ। ਮਾਸ਼ਾ ਜੀ ਭਾਈ ਜੀ ਨੇ ਥੋੜ੍ਹਾ ਜਾਣਾ, ਥੋੜ੍ਹਾ ਜਾਣਾ, ਉਹਦੇ ਬਾਅਦ ਫਿਰ ਮੈਂ ਥੋੜ੍ਹਾ ਤੁਹਾਡਾ ਟਾਈਮ ਖਰਾਬ ਕਰਾਂ। ਤਾੜੀਆਂ ਮਾਰ ਕੇ ਇੱਕ ਵਾਰੀ ਉਹਨਾਂ ਲਈ, ਅਤੇ ਮਹੰਤਾਂ ਨੇ ਮੈਨੂੰ ਲੱਭ ਰਿਹਾ ਮਾਸ਼ਾ ਅੱਲਾ, ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਤਾੜੀਆਂ ਮਾਰ ਕੇ ਰੱਬ ਨੇ ਰਜਾਇਆ ਅਤੇ ਅੱਗੇ ਤੁਹਾਨੂੰ ਰਜਾ ਰਹਿਣਾ। ਗਰਮੀ ਵੀ ਬੜੀ ਹੈ, ਇਹ ਤਨ ਦੀ ਗਰਮੀ, ਇਹ ਮਨ ਦੀ ਗਰਮੀ, ਇਹ ਬੰਬਾਂ ਪਟਾਕੇ ਅਤੇ ਬੰਬਾਂ ਦੀ ਗਰਮੀ, ਇਹ ਨਾਰੇ ਹੜਤਾਲੇ ਅਤੇ ਮੰਗਾਂ ਦੀ ਗਰਮੀ, ਇਹ ਗਰਮੀ ਨਹੀਂ ਰੁਕਣੀ, ਇਹ ਗਰਮੀ ਨਹੀਂ ਮੁੱਕਣੀ, ਇਹ ਗਰਮੀ ਨੂੰ ਠੱਲ ਪਾਓ, ਕੋਈ ਸਾਂਝਾ ਪੀਰ ਤੇ ਆਓ ਤੇ ਮੇਰਾ ਮੁਲਕ ਬਚਾਓ। ਲਾਸਟ ਬੋਲ ਇਹਨਾਂ ਦੀ ਤਾਰੀਫ ਵਿੱਚ, ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸ ਦੀ ਚੱਲੇ ਉਸ ਦੀ ਬੱਲੇ, ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸ ਦੀ ਚੱਲੇ ਉਸ ਦੀ ਬੱਲੇ, ਪੰਜ ਉਂਗਲਾਂ ਵਿੱਚ ਪੰਜ ਪੰਜ ਛੱਲੇ, ਜਿਸ ਦੀ ਚੱਲੇ ਉਸ ਦੀ ਬੱਲੇ। ਰੰਗਾਂ ਦਾ ਬਲਾਰੀ ਤੂੰ ਮਸਤ ਮਦਾਰੀ, ਦੁਨੀਆ ਦੇ ਤਮਾਸ਼ੇ ਦਾ ਤੂੰ ਮਸਤ ਮਦਾਰੀ, ਤੂੰ ਮਸਤ ਮਦਾਰੀ, ਦੁਨੀਆ ਦੇ ਤਮਾਸ਼ੇ ਦਾ ਤੂੰ ਮਸਤ ਮਦਾਰੀ, ਤੂੰ ਮਹਿੰਦਰ ਸ਼ਾਹ ਮੇਰਾ, ਤੂੰ ਮਹਿੰਦਰ ਸ਼ਾਹ ਮੇਰਾ, ਜਿਵੇਂ ਮਰਜ਼ੀ ਨਿਕਾ ਲੈ ਸਾਨੂੰ, ਅੱਜ ਦਿਲ ਵਿੱਚ ਅੱਜ ਦਿਲ ਵਿੱਚ ਅੱਜ ਦਿਲ ਵਿੱਚ ਵਸ ਜਾ ਤੂੰ, ਮੈਂ ਤਾਂ ਦਿਲ ਵਿੱਚ ਵਸਾ ਲੈ ਸਾਨੂੰ, ਅੱਜ ਦਿਲ ਵਿੱਚ ਵਸ ਜਾ ਤੂੰ, ਯਾਰ ਦਿਲ ਵਿੱਚ ਵਸਾ ਲੈ ਸਾਨੂੰ, ਅੱਜ ਦਿਲ ਵਿੱਚ ਵਸ ਜਾ ਤੂੰ, ਯਾਰ ਦਿਲ ਵਿੱਚ ਵਸਾ ਲੈ ਸਾਨੂੰ। ਧਿਆਨ ਨਾਲ ਖਿੱਚੀ ਸਾਡਾ ਪੋਚ ਬੜਾ ਮੰਗਾ ਏ, ਧਿਆਨ ਨਾਲ ਖਿੱਚੀ ਸਾਡਾ ਪੋਚ ਬੜਾ ਮੰਗਾ ਏ, ਲੱਖ ਸਵਾ ਲੱਖ ਦਾ ਤਾਂ ਪਿਆ ਇੱਥੇ ਲੰਗਾ ਏ, ਲੱਖ ਸਵਾ ਲੱਖ ਦਾ ਤਾਂ ਪਿਆ ਇੱਥੇ ਲੰਗਾ ਏ, ਲੱਖ ਸਵਾ ਲੱਖ ਦਾ ਤਾਂ ਪਿਆ ਇੱਥੇ ਲੰਗਾ ਏ, ਜੁੱਤੀ ਸਾਡੀ ਪਾਣੀ ਤੇ ਕਸੂਰ ਵਿੱਚੋਂ ਆਈ, ਜੁੱਤੀ ਸਾਡੀ ਪਾਣੀ ਤੇ ਕਸੂਰ ਵਿੱਚੋਂ ਆਈ, ਅਣਖਾ ਲਾਹੌਰ ਦੀਆਂ ਵਿੱਚ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਖਿੱਚ, 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 ਮੁੰਡੇ ਆ। ਕਈ ਵਿਆਹ ਹੁੰਦੇ ਨਾ ਲਾਸਟ ਗੱਲ, ਤੇ ਮੁੰਡੇ ਦੇ ਮਗਰ ਹੀ ਇੱਕ ਮੁੰਡਾ ਖੜੋਤਾ ਹੁੰਦਾ, ਕਹਿੰਦਾ ਜਿਹਦੀ ਮੈਂ ਇੱਦਾਂ ਕਰਕੇ ਟੋਕ ਕਰਾ ਦਾ ਉਹਦੀ ਫੋਟੋ ਨਾ ਖਿੱਚੀ, ਹੈ ਨਾ, ਜਿਹੜਾ ਬਾਹਰ ਦਾ ਹੁੰਦਾ।
ਤੇ ਇੱਕ ਬੇਬੇ ਆਈ, ਉਹਦੀ ਫੋਟੋ ਨਹੀਂ ਖਿੱਚੀ। ਹੁਣ ਬੇਬੇ ਅੱਗੋਂ ਕਹਿੰਦੀ, ਸਾਰਿਆਂ ਦੀ ਫੋਟੋ ਤਾਂ ਫਲੈਸ਼ ਮਾਰ ਖਿੱਚ ਲਈ, ਉਹ ਸਾਡੇ ਬਾਰੀ ਕਰਦਾ ਏ ਢਿੱਚ ਮੁੰਡੇ ਆ ਤੇ ਮੇਰੀ ਨੱਚਦੀ ਫੋਟੋ। ਸ਼ੁਕਰੀਆ ਜੀ, ਭਾਅ ਜੀ ਨੇ ਥੋੜੇ ਲੇਟ ਹੋ ਰਹੇ ਤਾਂ ਕਰਕੇ ਸਾਈਂ ਜੀ ਦਾ ਅਗਰ ਹੁਕਮ, ਸਾਈਂ ਜੀ ਕਹਿ ਰਹੇ ਕਿ ਬਾਅਦ 'ਚ ਫਿਰ ਲਾਵਾਂਗੇ ਤੈਨੂੰ ਅੱਧਾ ਘੰਟਾ। ਮੈਂ ਕਿਹਾ ਚਲੋ, ਅਸੀਂ ਤੇਰੇ ਕੋਲੇ ਹਾਂ ਜਿੱਥੇ ਮਰਜ਼ੀ ਬਿਠਾ ਲਈ ਸਾਨੂੰ, ਅਸੀਂ ਤੇਰੇ ਰੰਗੇ ਹਾਂ ਜਿਵੇਂ ਮਰਜ਼ੀ ਰੰਗਾ ਲਾ ਸਾਨੂੰ, ਅਸੀਂ ਚਿੱਟੀ ਚਾਦਰ ਹਾਂ ਜਿਹੜਾ ਮਰਜ਼ੀ ਰੰਗ ਚੜਾ ਲਾ ਸਾਨੂੰ। ਆਜਾ ਦਿਲ ਵਿੱਚ ਵਸ ਜਾਊ, ਤਾੜੀਆਂ ਮਾਰ ਕੇ ਇੱਕ ਵਾਰ ਸਾਈਆਂ ਲਈ, ਫਿਰ ਆਵਾਂਗੇ ਇਨਸ਼ਾਅੱਲਾ। ਸ਼ੁਕਰੀਆ ਮੰਤਰੀ।